ਨਾਭਾ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਇੱਕ ਲੜਕੀ ਵੱਲੋਂ ਸਰਕਾਰੀ ਰਿਪੂਦਮਨ ਕਾਲਜ ਨਾਭਾ ਵਿਖੇ ਆਪਣੇ ਨਾਲ ਗੈਂਗਰੇਪ ਹੋਣ ਦੀ ਜਿਹੜੀ ਸ਼ਿਕਾਇਤ ਹੈ ਥਾਣਾ ਕੋਤਵਾਲੀ ਵਿਖੇ ਦਿੱਤੀ ਗਈ। ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕਰਦੇ ਹੋਏ ਤਿੰਨ ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਕੀਤਾ। ਫਿਲਹਾਲ ਥਾਣਾ ਕੋਤਵਾਲੀ ਪੁਲਿਸ ਵੱਲੋਂ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇੱਕ ਦੀ ਭਾਲ ਕੀਤੀ ਜਾ ਰਹੀ ਹੈ। ਜੋ ਜਾਣਕਾਰੀ ਮਿਲ ਰਹੀ ਹੈ ਸਾਨੂੰ 27 ਮਾਰਚ ਦੀ ਘਟਨਾ ਜਿਹੜੀ ਸਰਕਾਰੀ ਰਿਪੂਦਮਨ ਕਾਲਜ ਨਾਭਾ ਦੀ ਜਿਹੜੀ ਸਾਹਮਣੇ ਆ ਰਹੀ ਹੈ, ਇਹ ਵੀ ਜਾਣਕਾਰੀ ਮਿਲ ਰਹੀ ਹੈ ਵੀ ਪ੍ਰਿੰਸੀਪਲ ਦੇ ਆਫਿਸ ਦੇ ਉੱਪਰ ਇਹ ਜਿਹੜੀ ਘਟਨਾ ਨੂੰ ਇਹਨਾਂ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਗਿਆ। ਲੇਕਿਨ ਸਵਾਲ ਰਿਪੂਦਮਨ ਕਾਲਜ ਦੇ ਜਿਹੜੇ ਸਟਾਫ ਦੇ ਉੱਪਰ ਖੜ੍ਹੇ ਹੋ ਰਹੇ ਨੇ, ਕਿਉਂਕਿ ਜਿਸ ਤਰ੍ਹਾਂ ਸਰਕਾਰੀ ਰਿਪੂਦਮਨ ਕਾਲਜ ਦੇ ਵਿੱਚ ਕਿਸੇ ਲੜਕੀ ਨਾਲ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਹੈ ਅਤੇ ਜਿਹੜਾ ਕਾਲਜ ਦੇ ਜਿਹੜੇ ਸੁਰੱਖਿਆ ਪ੍ਰਬੰਧ ਨੇ ਉਹਦੇ ਉੱਪਰ ਜਿਹੜੇ ਉਹਦੇ ਦਾਅਵਿਆਂ ਦੇ ਜਿਹੜੇ ਪੋਲ ਖੁੱਲ੍ਹਦੇ ਨਜ਼ਰ ਆ ਰਹੇ ਨੇ। ਮੈਨੂੰ ਹੁਣੇ ਪਤਾ ਲੱਗਿਆ ਕਿ ਇੱਕ FIR ਲੌਜ ਹੋਈ ਹੈ, ਸ਼ਾਇਦ ਜਿਹੜੀ ਲੜਕੀ ਨੇ FIR ਲੌਜ ਕਰਾਈ ਹੈ ਉਹ ਸਾਡੀ ਸਟੂਡੈਂਟ ਹੈ, ਪਰ ਹਲੇ ਤੱਕ ਇਸ ਤੋਂ ਜ਼ਿਆਦਾ ਇਨਫੋਰਮੇਸ਼ਨ ਮੇਰੇ ਕੋਲ ਨਹੀਂ ਹੈ। ਨਾ ਤਾਂ ਸਾਡੇ ਕਾਲਜ 'ਤੇ ਅਸੀਂ ਸਾਡੇ ਕਾਲਜ ਵਿੱਚ ਇੱਕ ਵਿਮੈਨ ਸੇਫਟੀ ਸੈੱਲ ਹੈ, ਇੱਕ ਗ੍ਰੀਵੀਅੰਸ ਸੈੱਲ ਹੈ, ਨਾ ਤਾਂ ਉਹਨਾਂ ਕੋਲ ਕਿਸੇ ਨੇ ਆ ਕੇ ਕਿਸੇ ਬੱਚੀ ਨੇ ਆ ਕੇ ਕੋਈ ਆਪਣੀ ਗ੍ਰੀਵੀਅੰਸ ਦਰਜ ਕਰਾਈ, ਨਾ ਅਸੀਂ ਸਾਰਾ ਟਾਈਮ ਸ਼ਾਮ ਤੱਕ ਇੱਥੇ ਟੀਚਰਸ ਰਹਿੰਦੇ ਹੈ, ਸਾਡੀ ਇੰਸਪੈਕਸ਼ਨ ਦੇ ਸਿਲਸਿਲੇ ਵਿੱਚ ਸਾਰਾ ਸਟਾਫ ਇੱਥੇ ਮੌਜੂਦ ਹੁੰਦਾ ਹੈ, ਕਿਸੇ ਨੇ ਵੀ ਕੋਈ ਇਹੋ ਜਿਹਾ ਇੰਸੀਡੈਂਟ ਹੁੰਦਾ ਨਾ ਦੇਖਿਆ ਨਾ ਸੁਣਿਆ, ਕੋਈ ਸਾਡੇ ਉਹਦੇ ਵਿੱਚ ਨਹੀਂ ਆਇਆ, ਸਾਡੀ ਨੌਲੇਜ ਵਿੱਚ ਇਹੋ ਜਿਹਾ ਕੁਛ ਵੀ ਨਹੀਂ ਆਇਆ। ਹਾਲਾਂਕਿ ਪੁਲਿਸ ਨੇ ਤੋਂ ਸਾਨੂੰ ਸਿਰਫ ਇੰਨਾ ਪਤਾ ਚੱਲਿਆ ਕਿ FIR ਦਰਜ ਹੋਈ ਹੈ, ਉਹ ਇੰਸੀਡੈਂਟ ਹੋਇਆ, ਇਹ ਕੰਮ ਪੁਲਿਸ ਦਾ ਤਫਤੀਸ਼ ਕਰਨਾ ਹੋਇਆ ਅਤੇ ਕਿੱਥੇ ਹੋਇਆ ਇਹ ਉਹ ਤਫਤੀਸ਼ ਕਰਨ ਅਤੇ ਪਤਾ ਲੱਗੂਗਾ। ਸਾਡੇ ਕਾਲਜ, ਕਿਉਂਕਿ ਹਾਲੇ ਤੱਕ ਸਾਡੇ ਕੋਲ ਇਨਫੋਰਮੇਸ਼ਨ ਹੀ ਨਹੀਂ ਆਈ ਕੌਣ ਬੱਚੀ ਹੈ, ਕਿੰਨੇ ਵਜੇ ਹੋਇਆ, ਕੀ ਹੋਇਆ। ਪੁਲਿਸ ਆਊਗੀ ਤਾਂ ਸਾਡਾ ਸਹਿਯੋਗ ਪੂਰਾ ਉਹਨਾਂ ਨੂੰ ਮਿਲੂਗਾ, ਅਸੀਂ ਤਫਤੀਸ਼ ਦੇ ਵਿੱਚ ਪੂਰਾ ਉਹਨਾਂ ਦੇ ਨਾਲ ਸਹਿਯੋਗ ਦੇਵਾਂਗੇ ਔਰ ਇਸ ਦੀ ਗੱਲ ਦੀ ਤਹਿ ਤੱਕ ਜਾਵਾਂਗੇ। ਲੜਕੀ ਹੈ ਜੀ, ਆਪਣੇ ਰਿਪੂਦਮਨ ਕਾਲਜ ਨਾਭਾ ਵਿਖੇ ਪੜ੍ਹ ਰਹੀ ਹੈ, BA ਕਰਦੀ ਹੈ ਉੱਥੇ, ਔਰ ਉਹਨਾਂ ਦੇ ਲੜਕੀ ਦੇ ਬਿਆਨ ਦੇ ਅਕੋਰਡਿੰਗ ਲੜਕੀ ਨੇ ਜਿਹੜੀ ਸਟੇਟਮੈਂਟ ਦਿੱਤੀ ਹੈ ਸਾਨੂੰ, ਉਹਦੇ ਅਕੋਰਡਿੰਗ ਜਿਹੜੀ ਹੈਗੀ ਹੈ 27 ਮਾਰਚ 2024 ਦੀ ਘਟਨਾ ਹੈਗੀ ਹੈ ਇਹ, ਕਿ ਕਾਲਜ ਦੇ ਵਿੱਚ 3 ਲੜਕਿਆਂ ਨੇ ਉਹਦੇ ਨਾਲ ਜ਼ਬਰਦਸਤੀ ਕੀਤੀ ਹੈ, ਰੇਪ ਕੀਤਾ, ਜਿਹਦੇ ਵਿੱਚ ਲੜਕੀ ਨੇ ਦੱਸਿਆ, ਬਿਆਨ ਕੀਤਾ ਕਿ 27-3 ਦੀ ਘਟਨਾ ਸੀਗੀ ਅਤੇ ਉਹ ਤੋਂ ਬਾਅਦ ਉਹ ਡਰ ਗਈ, ਜਿਵੇਂ ਲੜਕਿਆਂ ਨੇ ਕਹਿੰਦੀ ਉਹਨੂੰ ਧਮਕੀਆਂ ਦਿੱਤੀਆਂ ਨੇ ਤਾਂ ਉਹ ਡਰ ਚੁੱਕੀ ਸੀ, ਡਰ ਕਰਕੇ ਉਹਨੇ ਨਾ ਤਾਂ ਆਪਣੇ ਕਿਸੇ ਟੀਚਰ ਨਾਲ ਜਾਂ ਆਪਣੇ ਕਿਸੇ ਕੁਲੀਗ ਨਾਲ, ਆਪਣੇ ਨਾਲ ਪੜ੍ਹਦੀਆਂ ਨਾਲ, ਆਪਣੇ ਪੇਰੈਂਟਸ ਨਾਲ, ਕਿਸੇ ਨਾਲ ਗੱਲ ਸ਼ੇਅਰ ਨਹੀਂ ਕੀਤੀ। ਤਾਂ ਉਹਨੇ ਪਰਸੋਂ ਜਿਹੜੀ ਹੈਗੀ ਹੈ, ਕੱਲ੍ਹ ਉਹਦੇ ਪੇਰੈਂਟਸ ਨਾਲ ਗੱਲ ਸ਼ੇਅਰ ਕੀਤੀ ਤਾਂ ਉਹ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਸਾਡੇ ਕੋਲ ਆਈ ਅਤੇ ਅਸੀਂ ਬਿਆਨ ਲੈ ਕੇ ਜਿਹੜਾ ਹੈਗਾ ਪਰਚਾ ਦਰਜ ਕੀਤਾ 3 ਨੌਜਵਾਨਾਂ ਦੇ ਖਿਲਾਫ਼। ਅਸੀਂ ਜਿਹੜਾ ਹੈਗਾ 376D ਦਾ ਅਤੇ 506 IPC ਦਾ ਮੁਕੱਦਮਾ ਦਰਜ ਕੀਤਾ। ਕਾਲਜ ਦਾ ਕੀ ਰੋਲ ਹੈ ਵਿੱਚ? ਕਾਲਜ ਦਾ ਹਲੇ ਉਹਨਾਂ ਨੇ ਸਟੇਟਮੈਂਟ, ਆਪਣੀ ਇਨੀਸ਼ੀਅਲ ਸਟੇਟਮੈਂਟ ਲਿਖਾਈ ਹੈ ਜੀ, ਜਿਹਦੇ ਬਿਹਾਫ 'ਤੇ ਅਸੀਂ ਪਰਚਾ ਦਰਜ ਕੀਤਾ। ਕਾਲਜ ਦਾ ਰੋਲ ਕੀ ਹੈ ਜਾਂ ਨਹੀਂ ਹੈ ਜਾਂ ਕਿੱਥੇ ਵਕੂਆ ਹੈ, ਉਹ ਤਫਤੀਸ਼ ਦਾ ਪਾਰਟ ਹੈ। ਤਫਤੀਸ਼ ਕਰਾਂਗੇ ਕਿੱਥੇ ਕੀ ਹੋਇਆ, ਕੈਮਰੇ ਹੈਗੇ ਨੇ, CCTV ਦੇਖਾਂਗੇ, ਗਵਾਹ ਲੈ ਕੇ ਆਵਾਂਗੇ, ਬਾਕੀ ਤਫਤੀਸ਼ ਦਾ ਪਾਰਟ ਹੈ। ਤਫਤੀਸ਼ ਦੇ ਵਿੱਚ ਬਿਲਕੁਲ ਜੀ, ਉਹਨਾਂ ਨਾਲ ਮੇਰੀ ਗੱਲ ਹੋਈ ਹੈ ਅਤੇ ਉਹਨਾਂ ਨੇ ਬੜਾ ਸਪੱਸ਼ਟ ਕਿਹਾ ਕਿ ਸਾਡੇ ਕਾਲਜ ਦੇ ਵਿੱਚ ਅਜਿਹੀ ਘਟਨਾ ਨਹੀਂ ਵਾਪਰੀ ਔਰ ਨਾ ਹੀ ਵਾਪਰ ਸਕਦੀ ਹੈ। ਪਰੰਤੂ ਜੋ ਲੜਕੀ ਦੀ ਸਟੇਟਮੈਂਟ ਦੇ ਅਕੋਰਡਿੰਗ ਆਪਾਂ ਨੂੰ FIR ਆਪਾਂ ਰਜਿਸਟਰ ਕੀਤੀ ਹੈ, ਫਰਦਰ ਆਪਾਂ ਇਹਨੂੰ ਤਫਤੀਸ਼ ਕਰਾਂਗੇ। ਨੌਜਵਾਨ ਗ੍ਰਿਫਤਾਰ ਕਰ ਲਏ? ਹਾਂਜੀ, ਅਸੀਂ 2 ਦੋਸ਼ੀ ਜਿਹੜੇ ਹੈਗੇ ਨੇ ਉਹ ਰਾਊਂਡ ਅਪ ਕੀਤੇ ਨੇ, ਬਾਕੀ ਜਿਹੜਾ ਇੱਕ ਰਹਿ ਗਿਆ ਉਹਨੂੰ ਵੀ ਜਲਦੀ ਅਸੀਂ ਰਾਊਂਡ ਅਪ ਕਰਕੇ ਅਰੈਸਟ ਕਰਾਂਗੇ। ਸੰਜੀਵ ਕੁਮਾਰ, PTC ਨਿਊਜ਼, ਨਾਭਾ।